ਕੇਸਰੀ ਵਿਰਾਸਤ 'ਚ ਇੱਕ ਵਾਰ ਤੁਹਾਡਾ ਫਿਰ ਹਾਰਦਿਕ ਸਵਾਗਤ। ਅੱਜ ਸਾਡੇ ਨਾਲ ਸਮਾਜ ਸੇਵਕ ਮੋਹਿਤ ਸ਼ਰਮਾ ਜੀ ਮੌਜੂਦ ਨੇ। ਅੱਜ ਰਾਮਨੌਮੀ ਦਾ ਦਿਹਾੜਾ ਵੀ ਹੈ ਅਤੇ ਇਹਦੇ ਉੱਤੇ ਕੁਝ ਖਾਸ ਸਰਗਰਮੀ ਅੱਜ ਫਿਰ ਇਹਨਾਂ ਨੇ ਧਾਰਮਿਕ ਸਰਗਰਮੀਆਂ ਦੇ ਨਾਲ ਨਾਲ ਕੀਤੀਆਂ ਅਤੇ ਨਾਲ ਇਹਨਾਂ ਨੇ ਸਮਾਜ ਸੇਵਾ ਦੇ ਕਾਰਜ ਕੀਤੇ ਨੇ। ਇਹਨਾਂ ਕੋਲ ਜਾਣਦੇ ਨੇ ਕਿ ਅੱਜ ਰਾਮਨੌਮੀ ਦੇ ਦਿਹਾੜੇ 'ਤੇ ਅੱਜ ਵਿਸ਼ੇਸ਼ ਕੀ ਹੈ। ਹਾਂਜੀ ਮੋਹਿਤ ਜੀ, ਅੱਜ ਕਿਸ ਤਰ੍ਹਾਂ ਦਾ ਸਰਗਰਮੀਆਂ ਰਹੀਆਂ ਨੇ ਦੱਸੋ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਰਾਮ ਦੇ ਜਨਮ ਦਿਵਸ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਸਾਡੇ ਲਈ ਬਹੁਤ ਹੀ ਵੱਡਾ ਦਿਨ ਹੈ ਜਿਹਨੂੰ ਅਸੀਂ ਬੜੀ ਖੁਸ਼ੀ ਔਰ ਉਲਾਸ ਦੇ ਨਾਲ ਹਰ ਸਾਲ ਮਨਾਉਂਦੇ ਹਾਂ। ਇਸ ਵਾਰੀ ਹਾਲਾਤ ਐਸੇ ਬਣ ਗਏ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਦੇ ਹੋਏ ਸਾਨੂੰ ਇਹ ਤਿਉਹਾਰ ਆਪਣੇ ਆਪਣੇ ਘਰਾਂ 'ਚ ਹੀ ਮਨਾਉਣਾ ਪੈ ਰਿਹਾ ਔਰ ਜ਼ਰੂਰਤ ਵੀ ਹੈ। ਉਹੀ ਚੀਜ਼ਾਂ ਧਿਆਨ 'ਚ ਰੱਖਦੇ ਹੋਏ ਔਰ ਜੋ ਸੰਕਰਮਣ ਫੈਲਿਆ ਹੋਇਆ, ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ ਨੇ ਔਰ ਆਪਣੀ ਇਸ ਖੁਸ਼ੀ ਨੂੰ, ਭਗਵਾਨ ਰਾਮ ਦੇ ਜਨਮ ਦਿਵਸ ਦੀ ਖੁਸ਼ੀ ਨੂੰ ਅੱਜ ਉਸ ਉਹਨਾਂ ਜ਼ਰੂਰਤਮੰਦਾਂ ਦੇ ਨਾਲ ਸਾਂਝਾ ਕਰਕੇ ਬੜੀ ਮਨ ਨੂੰ ਤਸੱਲੀ ਹੋਈ ਹੈ। ਔਰ ਅੱਜ ਅਸੀਂ 108 ਪੈਕਟ ਰਾਸ਼ਨ ਦੇ, ਜਿਸ ਦੇ ਵਿੱਚ ਆਟਾ, ਚਾਵਲ, ਸਬਜ਼ੀ, ਸਾਰਾ ਰੋ ਫੂਡ 108 ਜ਼ਰੂਰਤਮੰਦ ਪਰਿਵਾਰਾਂ ਨੂੰ ਵਿਤਰਿਤ ਕੀਤਾ ਹੈ ਜੀ। ਅੱਛਾ, ਇਹ ਦੱਸੋ ਜਿਵੇਂ ਕਿ ਆਪਾਂ ਸਾਡਾ ਮੁਲਕ ਹੀ ਜਿਹੜਾ ਉਹ ਧਾਰਮਿਕ ਮੁਲਕ ਹੈ ਅਤੇ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ, ਦਿਲੀ ਇੱਛਾ ਹੁੰਦੀ ਕਿ ਧਰਮ ਉਹਦੇ ਲਈ ਸਭ ਤੋਂ ਪਹਿਲੇ ਹੈ ਕਿ ਧਾਰਮਿਕ ਜਿਹੜਾ ਕੋਈ ਦਿਹਾੜਾ ਮੇਰਾ ਆਉਂਦਾ, ਮੈਂ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਬੜੇ ਹਰਸ਼ ਉਲਾਸ ਨਾਲ ਮਨਾਵਾਂ। ਅਤੇ ਤੁਹਾਨੂੰ ਨਹੀਂ ਲੱਗਾ ਤੁਸੀਂ ਵੀ ਨਹੀਂ ਯਾਰ ਦੋਸਤ ਇਕੱਠੇ ਕਰਕੇ ਕੁਛ ਵਿਸ਼ੇਸ਼ ਤੌਰ 'ਤੇ ਨਹੀਂ ਮਨਾਇਆ? ਅਸੀਂ ਦੇਖੋ ਜੀ, ਰੁਦਰ ਸੈਨਾ ਸੰਗਠਨ ਸ਼ੁਰੂ ਤੋਂ ਹੀ ਇਸ ਚੀਜ਼ ਨੂੰ ਸਮਝਦੀ ਹੈ ਕਿ ਜੋ ਹਾਲਾਤ ਨੇ ਉਸਨੂੰ ਮੱਦੇਨਜ਼ਰ ਰੱਖ ਕੇ ਕੰਮ ਕੀਤਾ ਜਾਵੇ। ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਵਾ ਉਸਨੂੰ ਅਸੀਂ ਧਿਆਨ 'ਚ ਰੱਖਦੇ ਹੋਏ, ਸਾਡੇ ਵੋਲੰਟੀਅਰਸ ਨੇ ਸੇਵਾ ਕਰਦੇ ਹੋਏ ਅੱਜ ਡਿਸਟ੍ਰੀਬਿਊਸ਼ਨ ਕੀਤੀ ਹੈ। ਬਾਕੀ ਅਸੀਂ ਇੱਕ ਉਪਰਾਲਾ ਹੋਰ ਸਾਰਿਆਂ ਨੇ ਕੀਤਾ ਜੀ, ਆਪਣੇ ਸੰਗਠਨ ਵੱਲੋਂ ਵੀ ਔਰ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਵਿੱਚ ਇਸ ਖੁਸ਼ੀ ਨੂੰ ਮਨਾਓ। ਰਾਤ ਨੂੰ ਜਿੱਦਾਂ ਹੀ ਹਨੇਰਾ ਪੈਂਦਾ ਵਾ, ਤੁਸੀਂ ਇੱਕ ਇੱਕ ਦੀਪਕ ਜ਼ਰੂਰ ਆਪਣੇ ਘਰ 'ਚ ਜਗਾਓ ਜਿਹਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰ ਸਕੀਏ ਜੀ। ਅੱਛਾ, ਇਹ ਦੱਸੋ ਮੈਨੂੰ, ਜਿਵੇਂ ਆਪਾਂ ਗੱਲ ਕਰ ਰਹੇ ਸੋਸ਼ਲ ਡਿਸਟੈਂਸਿੰਗ ਦੀ, ਸਾਡਾ ਜਿਹੜਾ ਹਿੰਦੁਸਤਾਨੀ ਸਮਾਜ ਹੈ ਇਹ ਬੜਾ ਕਦਰਾਂ ਕੀਮਤਾਂ ਨੂੰ ਬੜਾ ਫੋਲੋ ਕਰਦਾ ਔਰ ਜੇ ਸਰਕਾਰੀ ਆਦੇਸ਼ ਵੀ ਕੋਈ ਹੈ ਉਹਨੂੰ ਇੱਕ ਸਮਝ ਲਓ ਰੱਬੀ ਹੁਕਮ ਜਾਣ ਕੇ ਹੀ ਸਮਝਦਾ ਕਿ ਹਾਂ ਇਹ ਜ਼ਰੂਰਤ ਹੈ ਸਮਾਜ ਦੀ ਅਤੇ ਉਸ ਅਨੁਸਾਰ ਕੰਮ ਕਰਨਾ ਚਾਹੀਦਾ। ਪਰ ਪਿਛਲੇ ਦਿਨ ਇੱਕ ਤਬਲੀਗ ਜਿਹੜੀ ਤਬਲੀਗੀ ਜਮਾਤ ਹੈ ਇਸਲਾਮ ਨਾਲ ਸੰਬੰਧਿਤ, ਤੋ ਉਹਨਾਂ ਦਾ ਹਾਲੇ ਕਿ ਉਹਨਾਂ ਦੀ ਧਾਰਮਿਕ ਕਾਰਜ ਨੇ ਸਾਰੇ, ਪਰ ਉਹ ਤਬਲੀਗੀ ਜਮਾਤ ਨੇ ਇੱਕ ਮਰਕਜ਼ ਦੇ ਉੱਤੇ ਇੱਥੇ ਇਕੱਠੇ ਹੋਏ ਨੇ ਅਤੇ ਦਿੱਲੀ ਦੇ ਵਿੱਚ ਬਹੁਤ ਜ਼ਿਆਦਾ ਉਹ ਇਕੱਠ ਹੋਣ ਕਰਕੇ ਉਹਦੇ 'ਚ ਕਾਫੀ ਜ਼ਿਆਦਾ ਜਿਹੜੇ ਮਰੀਜ਼ ਵੀ ਬਹੁਤ ਜ਼ਿਆਦਾ ਆਏ ਨੇ, ਵਾਇਰਸ ਦੇ ਪਾਏ ਗਏ ਨੇ। ਅਤੇ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਧਾਰਮਿਕ ਜਿਹੜੀਆਂ ਆਪਣੀਆਂ ਭਾਵਨਾਵਾਂ ਉਹਨਾਂ ਦਾ ਪ੍ਰਗਟਾਵਾ ਕਰਨ ਵਾਸਤੇ ਕਾਨੂੰਨ ਨੂੰ ਛਿੱਕੇ ਟੰਗਣਾ ਜ਼ਰੂਰੀ ਹੈ, ਜਾਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੋਨਾਂ ਚੀਜ਼ਾਂ ਨੂੰ? ਇੱਕ ਪਾਸੇ ਹਿੰਦੁਸਤਾਨੀ ਸਮਾਜ ਹੈ ਤੁਸੀਂ ਹੋ, ਤੁਸੀਂ ਸੋਸ਼ਲ ਜਿਹੜੀ ਡਿਸਟੈਂਸਿੰਗ ਹੈ ਉਹਨੂੰ ਮੇਨਟੇਨ ਕਰ ਰਹੇ ਹੋ ਔਰ ਉਹ ਭਾਈਚਾਰਾ ਨਹੀਂ ਕਰ ਰਿਹਾ, ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਇੱਦਾਂ ਜੀ, ਜਿਹੜਾ ਇਸ ਧਰਤੀ ਦਾ ਜਾਂ ਇਸ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਹੈਗਾ ਇਨਸਾਨੀਅਤ ਦਾ ਜੀ। ਉਸ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਸ਼ਿਕਸ਼ਾ ਦਿੱਤੀ ਹੈ। ਕੋਈ ਵੀ ਧਰਮ ਇਹ ਚੀਜ਼ ਨੂੰ ਨਹੀਂ ਅਲਾਓ ਕਰਦਾ ਕਿ ਤੁਸੀਂ ਕਿਸੇ ਦਾ ਨੁਕਸਾਨ ਕਰੋ, ਔਰ ਅਗਰ ਕਿੱਥੋਂ ਸਾਡੇ ਕਿਸੇ ਵੀ ਕੀਤੇ ਕੰਮ ਦੇ ਨਾਲ ਕੋਈ ਵੀ ਚੀਜ਼ ਨੁਕਸਾਨਦੇਹੀ ਹੈਗੀ ਹੈ ਤਾਂ ਉਹ ਧਾਰਮਿਕ ਨਹੀਂ ਗਿਣੀ ਜਾਂਦੀ, ਇਹ ਸਾਡੀ ਸੋਚ ਹੈ ਜੀ। ਔਰ ਸਾਡੇ ਸਨਾਤਨ ਦੇ ਵਿੱਚ ਸ਼ੁਰੂ ਤੋਂ ਇੱਕ ਚੀਜ਼ ਦੱਸੀ ਗਈ ਹੈ, ਸਨਾਤਨ 'ਚ ਬਹੁਤ ਦੇਰ ਤੋਂ ਪਹਿਲਾਂ ਹੀ ਲਾਗੂ ਸੀਗੀਆਂ ਜੀ। ਮਿਸਾਲ ਦਿਓ ਥੋੜ੍ਹੀ, ਉਹ ਕਿਸ ਤਰ੍ਹਾਂ ਪ੍ਰੀਕੋਸ਼ਨ ਜਿਹੜੀ ਗੱਲ ਕਰਦੇ? ਸਭ ਤੋਂ ਪਹਿਲਾਂ ਤਾਂ ਅਸੀਂ ਕਿਸੇ ਨਾਲ ਹੈਂਡਸ਼ੇਕ ਹੀ ਨਹੀਂ ਕਰਦੇ ਸੀ ਜੀ, ਅਸੀਂ ਸ਼ੁਰੂ ਤੋਂ ਉਹਨੂੰ ਪ੍ਰਣਾਮ ਕਰਦੇ ਸੀ ਜਾਂ ਨਮਸਤੇ ਕਰਦੇ ਸੀ। ਸਾਡੇ ਭੋਜਨ ਵਿਤਰਨ ਦੇ ਵਿੱਚ ਵੀ ਦੇਖੋ, ਪੰਗਤ 'ਚ ਬਹਿ ਕੇ ਭੋਜਨ ਕਰਾਇਆ ਜਾਂਦਾ ਸੀ, ਲੰਗਰ ਛਕਾਇਆ ਜਾਂਦਾ ਸੀ, ਕਿੱਥੇ ਬਫੇ ਸਿਸਟਮ ਨਹੀਂ ਸੀਗਾ ਕਿ ਇਕੱਠੇ ਰਸ਼ ਪੈ ਜਾਓ ਟੁੱਟ ਜਾਓ।
ਮੰਦਰਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਸੀ ਤਾਂ ਬੜੇ ਅੱਛੇ ਢੰਗ ਨਾਲ ਪ੍ਰਵੇਸ਼ ਦੁਆਰ ਹੁੰਦੇ ਸੀ ਔਰ ਬੜੀ ਪਵਿੱਤਰਤਾ ਰੱਖੀ ਜਾਂਦੀ ਸੀ, ਇੱਕ ਡਿਸਟੈਂਸ ਮੇਨਟੇਨ ਕੀਤਾ ਜਾਂਦਾ ਸੀ। ਹਰ ਬੰਦੇ ਨੂੰ ਮੰਦਰ ਦੇ ਅੰਦਰ ਆਗਿਆ ਕਿਉਂ ਨਹੀਂ ਦਿੱਤੀ ਜਾਂਦੀ ਸੀ? ਉਹਦੇ ਕੁਝ ਕਾਰਨ ਸੀਗੇ, ਉਹ ਸਾਇੰਟੀਫਿਕ ਰੀਜ਼ਨ ਸੀਗੇ। ਉਹ ਇਹ ਸੀਗੇ ਕਿ ਕੋਈ ਵੀ ਬੰਦਾ ਕਿਸੇ ਵੀ ਅਗਰ ਸੰਕਰਮਣ ਦਾ ਸ਼ਿਕਾਰ ਹੈ ਔਰ ਅਗਰ ਉਹ ਐਂਟਰ ਕਰ ਜਾਂਦਾ ਤਾਂ ਉਹ ਸੰਕਰਮਣ ਫੈਲ ਜਾਂਦਾ ਸੀ। ਸੋ ਮਤਲਬ ਜਿੰਨੇ ਵੀ ਸਾਡੀਆਂ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ, ਇਹ ਇੱਕ ਸਾਇੰਟੀਫਿਕ ਰੀਜ਼ਨ ਸੀਗੀਆਂ ਜਿਹਨੂੰ ਅੱਜ ਪੂਰਾ ਵਿਸ਼ਵ ਅਪਣਾਉਣ ਲਈ ਤਿਆਰ ਬੈਠਾ ਹੈ। ਮਤਲਬ ਸੋਸ਼ਲ ਡਿਸਟੈਂਸਿੰਗ ਔਰ ਜਿਹੜੀ ਛੂਆ ਛਾਤੀ ਨੂੰ ਆਪਾਂ ਅਕਸਰ ਪ੍ਰਚਾਰਿਆ ਜਾਂਦਾ ਕਿ ਹਿੰਦੁਸਤਾਨੀ ਸਮਾਜ 'ਚ ਭੇਦਭਾਵ ਬਹੁਤ ਹੈ, ਛੂਆ ਛਾਤ ਬਹੁਤ ਹੈ, ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਛੂਆ ਛਾਤ ਦਾ ਜਿਹੜਾ ਕੁਛ ਹਿੱਸਾ ਆ ਉਹ ਸੋਸ਼ਲ ਡਿਸਟੈਂਸਿੰਗ ਨਾਲ ਸੰਬੰਧਿਤ ਹੈ? ਸਮਝਣ ਵਾਲੀ ਗੱਲ ਹੈ ਜੀ, ਛੂਆ ਛਾਤ ਇੱਕ ਮੈਨੂਪਲੇਸ਼ਨ ਹੈ। ਅਸੀਂ ਹੁਣ ਕੱਲ੍ਹ ਦਾ ਹੀ ਇੱਕ ਇੰਸੀਡੈਂਟ ਹੈ ਜੀ, ਅਸੀਂ ਰਮਾਇਣ ਦਾ ਪ੍ਰਸਾਰਣ ਦੇਖ ਰਹੇ ਹਾਂ ਜੀ, ਉਹਦੇ ਵਿੱਚ ਵੀ ਦਿਖਾਇਆ ਗਿਆ ਕਿ ਭਗਵਾਨ ਰਾਮ ਸਾਰਿਆਂ ਦੇ ਵਿੱਚ ਬਹਿ ਕੇ ਹੀ ਪੜ੍ਹਦੇ ਨੇ। ਇਹ ਕੱਲਾ ਦਿਖਾਇਆ ਨਹੀਂ ਗਿਆ, ਇੱਦਾਂ ਸ਼ਾਸਤਰਾਂ 'ਚ ਵਰਣਨ ਹੈਗਾ। ਮਹਾਰਿਸ਼ੀ ਵਾਲਮੀਕੀ ਕੋਲ ਜਾ ਕੇ ਉਹ ਪ੍ਰਣਾਮ ਕਰਦੇ ਨੇ, ਉਹਨਾਂ ਕੋਲ ਆਗਿਆ ਲੈਂਦੇ ਨੇ, ਮਤਲਬ ਉਹਨਾਂ ਦੇ ਕਹੇ ਅਨੁਸਾਰ ਕਾਰਜ ਕੀਤੇ ਉਹਨਾਂ ਨੇ। ਅੱਛਾ ਦੱਸੋ, ਅੱਜ ਰਾਮਨੌਮੀ 'ਤੇ ਤੁਸੀਂ ਕੋਈ ਖਾਸ ਸੁਨੇਹਾ ਜਿਹੜਾ ਸਮਾਜ ਨੂੰ ਦੇਣਾ ਚਾਹੋ ਉਹ ਥੋੜ੍ਹੇ? ਜ਼ਰੂਰ ਹੈ ਜੀ, ਮੈਂ ਸਾਰ ਬੇਨਤੀ ਇਹੀ ਕਰਦਾ, ਹਰ ਇਸ ਦੇਸ਼ ਦਾ ਵਾਸੀ ਇਸ ਚੀਜ਼ ਨੂੰ ਧਿਆਨ 'ਚ ਰੱਖੇ ਕਿ ਛੂਆ ਛੂਤ, ਜਾਤ ਪਾਤ, ਐਸੀ ਕੋਈ ਵੀ ਚੀਜ਼ ਸਾਡੇ ਸਮਾਜ 'ਚ, ਸਾਡੇ ਦੇਸ਼ 'ਚ, ਸਾਡੇ ਧਰਮ 'ਚ ਨਹੀਂ ਹੋਣੀ ਚਾਹੀਦੀ ਔਰ ਸੀਗੀ ਵੀ ਨਹੀਂ। ਪਰ ਜਿੱਦਾਂ ਕਿ ਅਸੀਂ ਗੁਲਾਮ ਰਹੇ ਹਾਂ, ਮੈਨੂਪਲੇਸ਼ਨ ਕਰਕੇ ਸਾਨੂੰ ਇਹ ਗਲਤ ਪਾਸੇ ਤੋਰ ਦਿੱਤਾ ਗਿਆ। ਸੋ ਬੇਨਤੀ ਇਹੀ ਹੈ ਸਾਰਿਆਂ ਨੂੰ ਕਿ ਆਪਾਂ ਇਹ ਚੀਜ਼ ਤੋਂ ਉੱਪਰ ਉੱਠੀਏ, ਇਨਸਾਨੀਅਤ ਸਾਡਾ ਸਭ ਤੋਂ ਪਹਿਲਾਂ ਧਰਮ ਹੈ, ਇਨਸਾਨੀਅਤ ਨੂੰ ਬਚਾਈਏ ਔਰ ਕੋਈ ਵੀ ਇੱਦਾਂ ਦਾ ਕੰਮ ਨਾ ਕਰੀਏ ਜਿਹੜਾ ਮਨੁੱਖਤਾ ਨੂੰ ਖਰਾਬ ਕਰ ਦੇਵੇ। ਬਿਲਕੁਲ ਜੀ, ਅੱਜ ਰਾਮਨੌਮੀ ਦੇ ਸ਼ੁਭ ਦਿਹਾੜੇ 'ਤੇ ਅੱਜ ਗੁਰਬਾਣੀ ਦੀ ਉਸ ਤੁਕ ਦੇ ਨਾਲ ਇੱਥੋਂ ਦੀ ਜਿਹੜੀ ਗੱਲਬਾਤ ਸਮਾਪਤ ਕਰਾਂਗੇ। ਸਭੈ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਰਾ ਜੀਓ। ਇਸ ਦਾ ਭਾਵ ਇਹੀ ਹੈ ਕਿ ਕਿਸੇ ਦੇ ਨਾਲ ਤੁਸੀਂ ਭੇਦਭਾਵ ਜਿਹੜਾ ਉਹ ਨਹੀਂ ਕਰ ਸਕਦੇ ਔਰ ਨਹੀਂ ਹੈ, ਕਿਉਂਕਿ ਸਾਰਿਆਂ 'ਚ ਇੱਕੋ ਹੀ ਨੂਰ ਹੈ, ਇੱਕੋ ਹੀ ਜੋਤ ਕੰਮ ਕਰਦੀ ਹੈ। ਤੋ ਅਸੀਂ ਉਮੀਦ ਕਰਦੇ ਹਾਂ ਕਿ ਸਮਾਜ ਇਸ ਚੀਜ਼ ਤੋਂ ਸਾਰੇ ਵਰਗ ਜਿਹੜੇ ਆ ਉਹ ਸੇਧ ਲੈਣਗੇ, ਇਹਦੇ ਵਿੱਚ ਇਹਨੂੰ ਧਾਰਮਿਕ ਜਿਹੜੀ ਆਪਸ ਵਿੱਚ ਭਾਈਚਾਰਕ ਸਾਂਝ ਆ ਉਹਨੂੰ ਵੀ ਕਾਇਮ ਰੱਖਿਆ ਜਾਊਗਾ। ਇਹ ਖਤਮ ਕਰਦੇ ਹਾਂ ਗੱਲਬਾਤ, ਬਹੁਤ ਬਹੁਤ ਧੰਨਵਾਦ।